ਤਕਨੀਕੀ ਤਰੀਕੇ ਨਾਲ ਬੈਂਕ ਦੇ ਏਟੀਐਮ ਵਿੱਚੋਂ ਲੱਖਾਂ ਦੀ ਚੋਰੀ ਕਰਨ ਵਾਲੇ ਦੋ ਹਾਈਟੈਕ ਚੋਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦੇ ਪੁਲਿਸ ਕਮਿਸ਼ਨਰ ਸੁਧਾਂਸ਼ੂ ਸ਼ੇਖਰ ਸ਼੍ਰੀਵਾਸਤਵ ਨੇ ਆਖਿਆ ਕਿ ਪੁਲਿਸ ਨੇ ਦੋ ਦੋਸ਼ੀਆਂ ਦੀਪਕ ਗਿੱਲ ਅਤੇ ਸ਼ਮਸ਼ੇਰ ਸਿੰਘ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕਬਜ਼ੇ ਵਿੱਚੋਂ 3,40,000 ਰੁਪਏ ਦੀ ਨਕਦੀ, ਇੱਕ ਕਾਰ, ਇੱਕ ਮੋਟਰਸਾਈਕਲ ਅਤੇ ਇੱਕ ਐਕਟਿਵਾ ਬਰਾਮਦ ਕੀਤੀ ਹੈ। ਦੋਸ਼ੀ ਦੀਪਕ ਗਿੱਲ ਬੀਐਸਸੀ ਪਾਸ ਹੈ ਅਤੇ ਏਟੀਐਮ ਦੀ ਸਾਂਭ ਸੰਭਾਲ ਕਰਨ ਵਾਲੀ ਕੰਪਨੀ 'ਚ ਕੰਮ ਕਰਦਾ ਸੀ। ਦੋਸ਼ੀਆਂ ਤੋਂ ਅੱਗੇ ਪੁੱਛਗਿੱਛ ਜਾਰੀ ਹੈ। ਡੀਸੀਪੀ ਮੁਖਵਿੰਦਰ ਸਿੰਘ ਭੁੱਲਰ, ਏਡੀਸੀਪੀ ਜਗਜੀਤ ਸਿੰਘ ਵਾਲੀਆ ਅਤੇ ਏਸੀਪੀ ਸੁਖਪਾਲ ਸਿੰਘ ਵੀ ਪੱਤਰਕਾਰ ਸੰਮੇਲਨ 'ਚ ਸ਼ਾਮਲ ਸਨ। The entire money chain is being followed. Shots ਸਾਡੇ ਉਹਨਾਂ ਦੇ ਕਰਾ ਦਿੰਦੇ ਆ ਨਾ। ਇੱਕ ਕੇਸ ਸੀਗਾ ਜਿਹਦੇ 'ਚ ਇੱਕ ਰੋਮੈਨੀਅਨ ਨੈਸ਼ਨਲ ਆਇਆ ਸੀ ਅਤੇ ਉਹ ਸਕਿਮਿੰਗ ਡਿਵਾਈਸ ਲਗਾ ਕੇ ਅਤੇ ਏਟੀਐਮਸ ਵਿੱਚੋਂ ਪੈਸੇ ਕੱਢ ਲੈਂਦਾ ਸੀ ਜਾਂ ਉਹਦੇ ਵਿੱਚ ਉਹਦੀ ਪੈਸੇ ਵਗੈਰਾ ਕੱਢਣ ਦੀ ਤਿਆਰੀ ਸੀ। ਇੱਕ ਕੇਸ ਉਹ ਟਰੇਸ ਆਊਟ ਹੋਇਆ ਸੀ। ਹੁਣ ਜਿਹੜਾ ਅੱਜ ਅਸੀਂ ਤੁਹਾਡੇ ਨਾਲ ਡਿਟੇਲ ਸ਼ੇਅਰ ਕਰ ਰਹੇ ਹੈਗੇ ਹਾਂ, ਇਹਦੇ 'ਚ ਵੀ ਅਸੀਂ ਦੋ ਬੰਦੇ ਫੜੇ ਹੈਗੇ ਹੈ। ਇੱਕ ਦਾ ਨਾਂ ਦੀਪਕ ਗਿੱਲ ਹੈਗਾ, ਦੂਜਾ ਸ਼ਮਸ਼ੇਰ ਹੈਗਾ। ਇਹਦੇ 'ਚ ਵੀ ਦੋ ਕੇਸਿਸ ਜਿਹੜੇ ਟਰੇਸ ਆਊਟ ਹੋਏ ਹੈਗੇ, ਇੱਕ ਤਾਂ ਕੁਛ ਟਾਈਮ ਪਹਿਲਾਂ ਏਟੀਐਮ ਦੇ ਵਿੱਚੋਂ ਮਈ ਮਹੀਨੇ ਦੀ ਗੱਲ ਹੈਗੀ ਹੈ, ਉਹਦੇ ਵਿੱਚ ਕੁਛ ਕੋਡ ਵਗੈਰਾ ਲਗਾ ਕੇ ਅਰਾਊਂਡ 9 ਲੱਖ ਤੋਂ ਜ਼ਿਆਦਾ ਪੈਸਾ ਨਿਕਲਿਆ ਸੀਗਾ ਏਟੀਐਮ ਵਿੱਚੋਂ। ਇਸੇ ਤਰੀਕੇ ਨਾਲ ਆ 12 ਅਗਸਤ ਨੂੰ ਗੇਟ ਹਕੀਮਾ ਥਾਣੇ ਦੇ ਏਰੀਆ ਦੇ ਵਿੱਚੋਂ ਪੈਸਾ ਨਿਕਲਿਆ ਸੀਗਾ, ਤਕਰੀਬਨ 8 ਲੱਖ ਦੇ ਕਰੀਬ ਇਹ ਵੀ ਅਮਾਊਂਟ ਸੀਗੀ। ਸੋ ਕਾਫੀ ਹੈਵੀ ਅਮਾਊਂਟ, ਐਂਡ ਟਿਪਿਕਲੀ ਇਹ ਨਜ਼ਰ ਆਉਂਦਾ ਸੀ ਕਿ ਏਟੀਐਮ ਨੂੰ ਤੋੜਿਆ ਨਹੀਂ ਗਿਆ ਹੈਗਾ, ਉਹਦੇ 'ਚ ਕੋਈ ਡੈਮੇਜ ਨਹੀਂ ਹੈਗਾ। ਸੋ ਕੋਈ ਨਾ ਕੋਈ ਇਹੋ ਜਿਹਾ ਸਾਨੂੰ ਇੰਡੀਕੇਸ਼ਨ ਸੀਗੀ ਕਿ ਕਿਸੇ ਨੂੰ ਭੇਤੀ ਬੰਦਾ ਹੈਗਾ, ਕੋਈ ਇਨਸਾਈਡਰ ਜੋਬ ਹੈਗੀ ਹੈ। ਸੋ ਉਹਦੇ ਲੜੀ ਦੇ ਵਿੱਚ ਹੀ ASI ਰਾਜਕੁਮਾਰ ਚੋਗੀ ਪਲੱਸ ਇਹਨਾਂ ਦੀ ਸਾਰੀ ਟੀਮ ਜਿਹੜੀ ADCP ਸਿਟੀ 1 ACP ਸੈਂਟਰਲ ਦੇ ਤਹਿਤ ਇਹਨਾਂ ਨੇ ਇਸ ਕੇਸ ਨੂੰ ਟਰੇਸ ਕੀਤਾ ਹੈਗਾ। ਬੜਾ ਟਿਪੀਕਲ ਇਹਦੇ 'ਚ ਦੋ ਚੀਜ਼ਾਂ ਆਈਆਂ ਹੈਗੀਆਂ ਕਿ ਇੱਕ ਜਿਵੇਂ ATMs ਨੂੰ ਅੱਗੇ ਸਰਵਿਸ ਕਰਨ ਲਈ ਦਿੱਤਾ ਹੁੰਦਾ, ਇੱਕ ਐਡਵਾਂਸ ਗ੍ਰਾਫਿਕ ਸਰਵਿਸ ਕਰਕੇ ਇੱਕ ਕੰਪਨੀ ਹੈਗੀ ਹੈ, ਉਸ ਕੰਪਨੀ ਦਾ ਇਹ ਇੰਪਲੋਈ ਸੀਗਾ ਦੀਪਕ ਗਿੱਲ ਜੋ ਹੈ। ਇਹਨੂੰ ਕਿਸੇ ਰੀਜ਼ਨ ਕਰਕੇ ਉਹਦੀ ਕੋਈ ਕਾਰਗੁਜ਼ਾਰੀ ਦੇ ਵਿੱਚ ਪਹਿਲਾਂ ਵੀ ਕੋਈ ਕਮੀ ਨੋਟਿਸ 'ਚ ਆਈ ਸੀ, ਇਹਨੂੰ ਇਹਨਾਂ ਨੇ ਇਹਦੇ 'ਚੋਂ ਕੰਪਨੀ 'ਚੋਂ ਕੱਢ ਦਿੱਤਾ ਸੀਗਾ। ਸੋ ਕੰਪਨੀ 'ਚੋਂ ਕੱਢਣ ਦੇ ਬਾਵਜੂਦ ਇਹਦੇ ਕੋਲ ਇੱਕ ਕੇਸ ਦੇ ਵਿੱਚ ਤਾਂ ਇਹਦੇ ਕੋਲ ਇੱਕ ਚਾਬੀ ਅਵੇਲੇਬਲ ਸੀ। ਸੋ ਉਹਦੇ 'ਚ ਇੱਕ ਜਿਹੜੀ ਵੀ ਕੋਈ ਤਰ੍ਹਾਂ ਦਾ ਸਿਸਟਮ ਹੁੰਦੀ ਆ ਉਹਦੇ 5-6 ਚਾਬੀਆਂ ਹੁੰਦੀਆਂ। ਸੋ ਵਨ ਆਫ ਦਾ ਕੀਜ਼ ਹੀ ਹੈਡ। ਇਸ ਤੋਂ ਇਲਾਵਾ ਜਿਹੜਾ ਉਹਦਾ ਕੋਡ ਸੀਗਾ, ਜਿਵੇਂ ਆਪਣੇ ਕੋਲ ਅਕਸਰ ਇਹ ਹੁੰਦਾ ਵੀ ਕੋਈ ਨਾ ਕੋਈ ਕੋਡ ਡਿਫੋਲਟ ਕੋਡ ਹੁੰਦਾ ਹੈ, ਈਵਨ ਜਿਵੇਂ ਆਪਣੇ ਮੋਬਾਈਲ ਆਪਾਂ ਯੂਜ਼ ਕਰਦੇ ਹਾਂ ਕੁਝ ਵੀ ਕਰਦੇ ਹਾਂ ਵੀ 999 ਪਾਤਾ ਜਾਂ 0000 ਪਾਤਾ। ਸੋ ਦਾ ਬੈਂਕ ਹੈਡ ਨੋਟ ਚੇਂਜ ਦਾ ਡਿਫੋਲਟ ਕੋਡ। ਸੋ ਡਿਫੋਲਟ ਕੋਡ ਵੀ ਨਹੀਂ ਚੇਂਜ ਹੋਇਆ ਹੈਗਾ, ਜਿਹਦੇ ਕਰਕੇ ਇਹਨੂੰ ਪਤਾ ਸੀ ਅਤੇ ਇਹਨੇ ਟਰਾਈ ਕਰਕੇ ਉਸ ਤਰੀਕੇ ਨਾਲ ਕੱਢਿਆ ਹੈਗਾ। ਇੱਕ ਹੋਰ ਚੀਜ਼ ਇਹਦੇ ਜਿਹੜੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਇੰਟਰੋਗੇਸ਼ਨ 'ਚ ਆ ਰਹੀ ਹੈ ਉਹ ਇਹ ਹੈ ਕਿ ਸਿੰਸ ਇਹ ਨੌਲੇਜੇਬਲ ਸੀ, ਇਹਨੂੰ ਕੰਪਨੀ 'ਚੋਂ ਕੱਢ ਦਿੱਤਾ ਗਿਆ ਸੀਗਾ, ਇਹ ਚੀਜ਼ ਪ੍ਰੋਪਰਲੀ ਸ਼ੇਅਰ ਨਹੀਂ ਕੀਤੀ ਗਈ ਅਲੱਗ ਅਲੱਗ। ਸੋ ਹਜੇ ਵੀ ਇਹਨੂੰ ਡਿਫਰੈਂਟ ਬੈਂਕਸ ਵਾਲੇ ਜਦੋਂ ਕੋਈ ਪ੍ਰੋਬਲਮ ਆਉਂਦੀ ਸੀ ਜਾਂ ਕੋਈ ਮੈਟਰ ਹੁੰਦਾ ਸੀ ਇਹਨੂੰ ਕਈ ਵਾਰ ਬੁਲਾ ਲੈਂਦੇ ਸੀ ਹਜੇ ਵੀ। ਸੋ ਉਸੇ ਪ੍ਰੋਸੈਸ 'ਚ ਇਹ ਕੀ ਕਰਦਾ ਸੀ ਕਿ ਆਪਣੇ ਮੋਬਾਈਲ ਨਾਲ ਜਦੋਂ ਕੋਈ ਉਹਦੇ 'ਚ ਕੋਡ ਪਾ ਰਿਹਾ ਜਾਂ ਕੁਛ ਕਰ ਰਿਹਾ ਤਾਂ ਉਹਦਾ ਇੱਕ ਵੀਡੀਓ ਬਣਾ ਲੈਂਦਾ ਸੀ ਅਤੇ ਉਹ ਵੀਡੀਓ ਬਣਾ ਕੇ ਉਹਦੇ ਤੋਂ ਫਿਰ ਇਹਨੂੰ ਚੁੱਕੀ ਨੌਲੇਜ ਕਾਫੀ ਹੈਗੀ ਹੈ, ਉਹ ਜ਼ੂਮ ਕਰਕੇ ਉਹਦੇ 'ਤੇ ਫਿਰ ਉਹ ਕੋਡ ਕੱਢ ਕੇ ਅਤੇ ਉਸ ਕੋਡ ਦੇ ਵਿੱਚੋਂ ਫਿਰ ਫਰਦਰ ਕਰਦਾ ਸੀ। ਸੋ ਇਹਨੇ ਆਲਰੇਡੀ ਇਹ ਦੋ ਵਾਰਦਾਤਾਂ ਆਲਰੇਡੀ ਕੀਤੀਆਂ ਹੈਗੀਆਂ, ਤੀਜੀ ਵਾਰਦਾਤ ਵੀ ਇਹਨੇ ਆਪਣਾ ਟਾਰਗੇਟ ਇੱਕ ਹੋਰ ਬੈਂਕ ਹੈਗਾ ਏਅਰਪੋਰਟ ਦੇ ਨੇੜੇ ਉਹ ਆਈਡੈਂਟੀਫਾਈ ਕਰ ਲਿਆ ਸੀ, ਉਹਦੀ ਰੈਕੀ ਕਰ ਚੁੱਕਿਆ ਹੈਗਾ ਸੀ। ਸੋ ਦਿਸ ਇਜ਼ ਅ ਵੈਰੀ ਟਿਪੀਕਲ ਕੇਸ ਜਿਹਦੇ ਮੇਜਰ ਅਰੈਸਟ ਹੋ ਗਈਆਂ ਹੈਗੀਆਂ। ਆਲਰੇਡੀ ਰਿਕਵਰੀਜ਼ ਜਿਹੜੀਆਂ 4,20,000 ਦੇ ਕਰੀਬ ਦੀ ਹੋ ਚੁੱਕੀ ਹੈ, ਕੁਛ ਇਹਨਾਂ ਨੇ ਹੋਰ ਜਿਹੜੀ ਗੱਡੀ ਗੁੱਡੀ ਹੋਰ ਚੀਜ਼ਾਂ ਲਈਆਂ ਉਹ ਵੀ ਰਿਕਵਰੀਜ਼ ਚੱਲ ਰਹੀਆਂ ਅਤੇ ਉਹ ਪ੍ਰੋਸੈਸ ਔਨ ਹੈਗਾ।